ਨਾਲ ਤੇ ਪਿਛਲੇ ਹਫ਼ਤੇ ਇਹਨਾਂ ਦੀ ਕੋਈ ਪ੍ਰੋਬਲਮ ਸੀ ਕਿ ਵੀ ਕਾਲਜ ਫੀਸ ਰਿਫੰਡ ਨਹੀਂ ਕਰ ਰਹੇ ਸੀ, ਇਹਨਾਂ ਦਾ ਸਕੂਲ ਰਿਫਿਊਜ਼ ਹੋ ਗਿਆ ਤੇ ਕਾਲਜ ਵਾਲੇ ਮਨਾ ਕਰਦੇ ਸੀ ਕਿ ਵੀ ਇਹਨਾਂ ਨੂੰ ਪੈਸੇ ਨਹੀਂ ਦੇਣੇ, ਤੇ ਹੁਣ ਦੱਸੋ ਕੀ ਖਬਰ ਹੈ, ਹੁਣ ਕਾਲਜ ਬਣ ਗਿਆ, ਹੁਣ ਚੇਂਜ ਹੋ ਗਿਆ? थैंक यू सो मच सर। नहीं सर, मेरा कॉलेज तो वही सी, मेरी सारी फीस रिफंड आ गई है। मैनू मेरे एजेंट ने कहा सी कि मेरी बहुत ज्यादा डिडक्शन होगी, मेरी कोई डिडक्शन नहीं हुई। नॉर्मल जिन्नी पॉलिसी है, जिन्नी करंसी दे अकॉर्डिंग होनी सी, सिर्फ ओनी हुई है। मतलब मैं तो शॉक्ड सी। ਮੈਨੂੰ 1 ਨਵੰਬਰ ਨੂੰ ਕਾਲ ਆਇਆ ਸੀਗਾ ਸੈਂਟ ਕਲੇਅਰ ਦਾ ਕਿ ਤੁਹਾਡੀ 3 ਤਰੀਕ ਨੂੰ ਤੁਹਾਡੀ ਅਕਾਊਂਟ 'ਚ ਕ੍ਰੈਡਿਟ ਹੋ ਜਾਣੀ ਆ ਫੀਸ। ਸੇਮ ਇੱਦਾਂ ਹੀ ਹੋਇਆ ਕਿ ਮੇਰੀ ਅਕਾਊਂਟ 'ਚ ਕ੍ਰੈਡਿਟ ਹੋ ਗਈ ਆ, ਬਿਨਾਂ ਕਿਸੇ ਏਜੰਟ ਦੇ ਇੰਟਰ ਦੇ ਨਾਲ, ਕੋਈ ਏਜੰਟ ਦੇ ਵਿੱਚ ਐਡ ਨਹੀਂ ਹੋਇਆ, ਡਾਇਰੈਕਟ ਮੇਰੇ ਅਕਾਊਂਟ 'ਚ ਟ੍ਰਾਂਸਫਰ ਹੋਇਆ। ਇਹ ਸਿਰਫ ਸਿਰਫ ਤੁਹਾਡੇ ਕਰਕੇ ਹੋਇਆ। ਸੱਚੀ ਸਰ, ਮੈਂ ਹਾਰਟਲੀ ਤੁਹਾਡੀ ਥੈਂਕਫੁਲ ਹਾਂ ਤੇ ਸ਼ਾਇਦ ਮੈਂ ਲਾਈਫ ਟਾਈਮ ਤੁਹਾਨੂੰ ਕਦੇ ਨਹੀਂ ਭੁੱਲਾਂਗੀ। ਲਾਈਫ ਟਾਈਮ ਮੈਂ ਤੁਹਾਡੀ ਥੈਂਕਫੁਲ ਰਹੂੰਗੀ ਕਿਉਂਕਿ ਤੁਸੀਂ ਮੈਨੂੰ ਬਹੁਤ ਵੱਡੇ ਟ੍ਰਬਲ ਤੋਂ ਬਚਾਇਆ। ਥੈਂਕ ਯੂ ਸੋ ਮੱਚ। ਤੇ ਮੈਂ ਸਭ ਨੂੰ ਰਿਕੁਐਸਟ ਕਰਦੀ ਹਾਂ ਜਿਹਨੂੰ ਵੀ ਮੇਰੇ ਵਾਂਗੂ ਪ੍ਰੋਬਲਮ ਆ, ਪਲੀਜ਼ ਇੱਕ ਵਾਰੀ ਸਰ ਨਾਲ ਜ਼ਰੂਰ ਕੰਟੈਕਟ ਕਰੋ। ਇਹ ਮੇਰਾ ਜੈਨੂਇਨ ਐਕਸਪੀਰੀਅੰਸ ਆ। ਮਤਲਬ ਮੈਂ ਤੇ ਆਸ ਉਮੀਦ ਹੀ ਛੱਡਤੀ ਸੀ ਕਿਉਂਕਿ ਮੇਰਾ ਏਜੰਟ ਮੈਨੂੰ ਬਾਰ ਬਾਰ ਡਰਾ ਰਿਹਾ ਸੀ ਕਿ ਤੁਹਾਡੀ 3500 ਤੱਕ ਡਿਡਕਸ਼ਨ ਹੋਣੀ ਆ। 3500 ਨੋਟ ਅ ਸਮਾਲ ਅਮਾਊਂਟ, 3500 ਕੈਨੇਡੀਅਨ ਡਾਲਰ ਤਾਂ। ਬਟ ਐਸਾ ਕੁਛ ਵੀ ਨਹੀਂ ਹੋਇਆ। ਸਰ ਨੇ ਮੇਰੇ ਲਈ ਬਹੁਤ ਐਫਰਟਸ ਕੀਤੇ, ਬਹੁਤ ਲੇਟ ਨਾਈਟ ਤੱਕ ਸਰ ਮੈਨੂੰ ਕਾਲ ਕਰਦੇ ਸੀ ਕਿ ਇੱਦਾਂ ਕਰੋ ਇੱਦਾਂ ਕਰੋ, ਮੈਂ ਉੱਦਾਂ ਹੀ ਸਟੈਪ ਫੋਲੋ ਕੀਤੇ। ਥੈਂਕ ਯੂ ਸੋ ਮਚ ਸਰ, ਮੇਰੀ ਸਾਰੀ ਰਿਫੰਡ ਹੋ ਗਈ ਹੈ। ਬਟ ਇੱਕ ਹਾਂ, ਪੰਜਾਬ ਦੇ ਸਾਰੇ ਸਟੂਡੈਂਟਸ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ, ਪਲੀਜ਼ ਕੋਈ ਲੈਂਡਮਾਰਕ ਦੇ ਵਿੱਚ ਨਾ ਫਸਿਓ। ਇਹ ਬਹੁਤ ਹਰਾਸ ਕਰਦੇ ਆ, ਇਹ ਸਟੂਡੈਂਟ ਨੂੰ ਜਮਾਂ ਸਟੂਡੈਂਟ ਨਹੀਂ ਸਮਝਦੇ। ਇਹ ਇੱਕ ਵਾਰ ਤੁਹਾਨੂੰ ਪੋਲਾਈਟਲੀ ਗੱਲ ਕਰਨਗੇ ਕਿਉਂਕਿ ਤੁਸੀਂ ਉਹਨਾਂ ਦੇ ਸ਼ਿਕੰਜੇ 'ਚ ਫਸਣਾ। ਜਦੋਂ ਤੁਸੀਂ ਫਸ ਗਏ ਉਹ ਤੋਂ ਬਾਅਦ ਉਹਨਾਂ ਦਾ ਕੋਈ ਮਤਲਬ ਨਹੀਂ ਤੁਸੀਂ ਕਿੰਨਾ ਹਰਾਸ ਹੋ ਰਹੇ ਹੋ, ਤੁਹਾਡੀ ਫੀਸ ਡੁੱਬ ਰਹੀ ਹੈ, ਤੁਹਾਡਾ ਵੀਜ਼ਾ ਆ ਰਿਹਾ ਨਹੀਂ ਆ ਰਿਹਾ, ਉਹ ਤੁਹਾਡੀਆਂ ਕਾਲਜ ਹੀ ਨਹੀਂ ਲੈਂਦੇ। ਮੇਰਾ ਇੰਨਾ ਬੈਡ ਐਕਸਪੀਰੀਅੰਸ ਆ ਕਿ ਜਿਹੜੀ ਮੇਰੀ ਫੀਸ ਆ ਨਾ, ਉਹ ਮੇਰੇ ਹਸਬੈਂਡ ਨੇ ਖੁਦ ਅਪਲਾਈ ਕੀਤੀ, ਉਹਨਾਂ ਨੇ ਹੱਥ ਖੜੇ ਕਰਤੇ ਸੀ ਸਰ ਦੀ ਇੰਸਟਰਕਸ਼ਨਸ ਨੂੰ ਫੋਲੋ ਕਰ ਕਰਕੇ। ਇਨ ਉਹਨਾਂ ਨੇ ਸਾਨੂੰ ਬਹੁਤ ਹਰਾਸ ਕੀਤਾ। ਈਵਨ ਹਜੇ ਵੀ ਮੇਰੀ GIC ਉਹਨਾਂ ਕਰਕੇ ਫਸੀ ਹੋਈ ਆ। ਬਟ ਆਈ ਐਮ ਸ਼ੋਰ ਕਿ ਸਰ ਦੀ ਇੰਸਟਰਕਸ਼ਨ ਫੋਲੋ ਕਰਕੇ ਉਹ ਮੇਰੀ ਵੀ ਨਿਕਲ ਜਾਣੀ ਆ। ਪਰ ਸੀਰੀਅਸਲੀ ਕਹਿੰਦੀ ਹਾਂ, ਲੈਂਡਮਾਰਕ 'ਚ ਕਦੇ ਕੋਈ ਨਾ ਫਸਿਓ। ਥੈਂਕ ਯੂ ਸੋ ਮਚ ਸਰ। ਪਹਿਲਾਂ ਇੱਕ ਗੱਲ ਦੱਸੋ ਕਿ ਟੋਟਲ ਕਾਲਜ ਦੀ ਟਿਊਸ਼ਨ ਫੀਸ ਕਿੰਨੀ ਜਮ੍ਹਾਂ ਕਰਾਈ ਸੀ ਪਹਿਲਾਂ, ਜਿਹੜੇ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ? ਹਾਊ ਮੱਚ ਵਾਸ ਦਾ ਫੀਸ? $1600 ਸੀ। $16,000 ਕਰੀਬ? ਹਾਂਜੀ ਹਾਂਜੀ, $16,000 ਸੀਗੀ ਫੀਸ। ਤੇ ਤੁਹਾਨੂੰ ਤੁਹਾਨੂੰ ਦੱਸਿਆ ਗਿਆ ਕਿ ਵੀ 16,000 ਵਿੱਚੋਂ ਕਰੀਬ ਕਰੀਬ $3500 ਕੱਟਿਆ ਜਾਣਾ, $3500 ਕੱਟਿਆ ਜਾਣਾ। ਜੀ 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 ਜੀ, ਦੈਟ ਮੀਨਸ ਕਿ ਕਰੀਬ ਕਰੀਬ ₹2.5 ਲੱਖ ਤੱਕ ਕੱਟਿਆ ਜਾਣਾ, ਕਰੀਬ ਕਰੀਬ। ਹਾਂਜੀ ਹਾਂਜੀ, ਮਤਲਬ ਜਿਵੇਂ ਇੰਡੀਅਨ ਕਰੰਸੀ ਦੇ ਅਕੋਰਡਿੰਗ ਗੱਲ ਕਰਾਂ ਤਾਂ ਮੇਰੀ ਨੀਅਰ ਅਬਾਊਟ 10 ਲੱਖ ਬਣ 10 ਲੱਖ ਬਣਦੀ ਸੀਗੀ ਇੰਡੀਅਨ ਕਰੰਸੀ ਦੇ ਵਿੱਚ। ਤੇ ਕੱਲ ਮੇਰੀ ਜਿਹੜੀ ਫੀਸ ਰਿਫੰਡ ਹੋ ਕੇ ਆਈ ਆ ਉਹ 9,36,000 ਮੁੜ ਕੇ ਆਈ ਆ, ਤਾਂ ਮਤਲਬ ਕਿ 1 ਲੱਖ ਵੀ ਨਹੀਂ ਕੱਟਿਆ ਗਿਆ ਪੂਰਾ ਸੂਰਾ, ਹਨਾ। ਮਤਲਬ ਮੈਂ ਤਾਂ ਪੂਰੀ ਸ਼ੌਕਡ ਸੀ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ। ਪੈਸੇ ਪੂਰੇ ਹੱਕ ਹਲਾਲ ਦੀ ਕਮਾਈ ਹੈ, ਪੈਸੇ ਪੂਰੇ ਤੁਹਾਡੇ ਅਕਾਊਂਟ ਵਿੱਚ ਕ੍ਰੈਡਿਟ ਹੋ ਗਏ। ਇਸ ਤਰ੍ਹਾਂ ਤੇ ਪੰਜਾਬ ਦੇ ਵਿੱਚ ਮੇਰੇ ਖਿਆਲ ਹੈ ਕਿ ਇੱਕ ਨਹੀਂ ਹਜ਼ਾਰੋਂ, ਨਾਟ ਹਜ਼ਾਰੋਂ, ਕਈ ਸੌ ਹੋਣਗੇ ਜਿਹੜੇ ਸਟੂਡੈਂਟ ਜਿਹੜੇ ਕਿਸੇ ਵਜ੍ਹਾ ਨਾਲ ਉਹਨਾਂ ਨੂੰ ਰਿਫੰਡ ਕਰਿਆ ਜਿਹੜਾ, ਲੇਕਿਨ ਪੈਸੇ ਨਹੀਂ ਮੁੜ ਰਹੇ। ਉਹਨਾਂ ਲਈ ਕੀ ਕੀ ਸੁਨੇਹਾ, ਕੀ ਸੀਕਰੇਟ ਕੀ ਹੈ, ਕੀ ਕਿਵੇਂ ਫਾਰਮੂਲਾ ਕੀ ਹੈ ਪੈਸੇ ਕਢਵਾਉਣ ਦਾ? ਫਾਰਮੂਲਾ ਇਹੀ ਹੈ ਸਰ ਕਿ ਤੁਸੀਂ ਏਜੰਟ ਦੇ ਚੱਕਰਾਂ 'ਚ ਤਾਂ ਪਲੀਜ਼ ਨਾ ਪਵੋ, ਕਿਉਂਕਿ ਜੇ ਮੈਂ ਏਜੰਟ ਕਰਕੇ ਇੰਨੀ ਹਰਾਸ ਹੋਈ ਸੀ। ਤੁਸੀਂ ਮੈਨੂੰ ਜਿੱਦਾਂ ਦੱਸਿਆ ਕਿ ਮੈਂ ਮੇਲਸ ਕਰਾਂ ਕਾਲਜ ਨੂੰ, ਫਿਰ ਤੁਸੀਂ ਕਿਹਾ ਮੈਨੂੰ ਵੇਟ ਕਰਾਂ, ਮੈਂ ਵੇਟ ਕੀਤਾ, ਕਾਲਜ ਦਾ ਮੇਲ ਆਇਆ, ਤੁਸੀਂ ਕਿਹਾ ਸੀ ਕਾਲ ਕਰੋ, ਮੈਂ ਕਾਲ ਕੀਤੀ, ਤਾਂ ਉਹਨਾਂ ਈਵਨ ਨੋ ਡਾਊਟ ਕਾਲਜ ਵੱਲੋਂ ਕੋਈ ਉਹ ਨਹੀਂ ਸੀ, ਬਟ ਮੈਨੂੰ ਮਿਸਗਾਈਡ ਕਰ ਰਿਹਾ ਸੀ ਇਮੀਗ੍ਰੇਸ਼ਨ। ਇੰਡੀਆ 'ਚ ਲੋਕਾਂ ਨੇ ਬਹੁਤ ਵੱਡਾ ਧੰਦਾ ਬਣਾਇਆ ਤੁਹਾਨੂੰ ਹਰਾਸ ਕਰਨ ਦਾ। ਇੱਕ ਗੱਲ ਮੈਨੂੰ ਦੱਸੋ ਕਿ ਵੀ ਈਮੇਲ ਕਰਨ ਦੇ ਮਗਰੋਂ ਫਿਰ ਕੋਈ ਦੁਬਾਰਾ ਵੀ ਸੈਕਿੰਡ ਈਮੇਲ ਤੁਸੀਂ ਕੀਤੀ ਹੈ, ਉਹਨਾਂ ਵੱਲੋਂ ਕੋਈ ਕਨਫਰਮੇਸ਼ਨ ਲਾਈ ਹੈ ਕਿ ਇੱਕਦਮ ਈਮੇਲ ਦੇ ਬਾਅਦ ਝਟਕਾ ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਲੱਗਿਆ ਕਿ ਵੀ ਪੈਸੇ ਕਰਨਾ ਹੀ ਪੈਣੇ ਹੁਣ ਤਾਂ? ਨਹੀਂ ਸਰ, ਬਸ ਈਮੇਲ ਤੋਂ ਬਾਅਦ ਸਿੱਧੀ ਮੈਨੂੰ ਪੇਮੈਂਟ ਦੀ ਮੇਲ ਹੀ ਆਈ ਹੈ। ਮਤਲਬ ਕਿ ਉਸੇ ਈਮੇਲ ਨੇ ਉਹਨੂੰ ਮਤਲਬ ਕਿ ਕਰੰਟ ਲਾਤਾ ਕਿ ਵੀ ਹਾਂ ਪੈਸੇ ਸਾਨੂੰ ਦੇਣੇ ਪੈਣੇ ਹੁਣ ਤੇ ਕੋਈ ਚਾਹ। ਡੈਫੀਨਿਟਲੀ ਜੀ 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 ਜੀ, ਬਸ ਇਦਾਂ ਹੀ ਹੋ ਕਿ ਮੈਂ ਤਾਂ ਖੁਦ ਵੇਟ ਹੀ ਕਰ ਰਹੀ ਸੀ। ਮੈਨੂੰ ਇਹ ਸੀ ਕਿ ਜਦੋਂ ਵੀ ਮੈਨੂੰ ਮੇਲ ਆਊਗੀ ਨਾ ਤਾਂ ਸਿਰਫ ਇਹ ਆਊਗੀ ਕਿ ਤੁਹਾਡੀ ਮੇਲ ਸਾਡੇ ਕੋਲ ਆ ਗਈ, ਅਸੀਂ ਇੰਨੇ ਦਿਨਾਂ 'ਚ ਤੁਹਾਡੀ ਕ੍ਰੈਡਿਟ ਕਰਾਂਗੇ ਜਾਂ ਜੋ ਵੀ ਆ। ਉਹ ਸਡਨ ਮਤਲਬ ਮਾਰਨਿੰਗ ਜਿੱਦਾਂ ਹੀ ਮੈਂ ਵੇਖਿਆ, ਮੈਂ ਕਿਹਾ ਉਹ 'ਚ ਤਾਂ ਸਾਰੀ ਅਮਾਊਂਟ ਸੀ, ਮਤਲਬ 3 ਨਵੰਬਰ ਨੂੰ ਤੁਹਾਡੀ ਕ੍ਰੈਡਿਟ ਹੋ ਜਾਣੀ ਤੁਹਾਡੇ ਅਕਾਊਂਟ ਦੇ ਵਿੱਚ। ਜੀ ਜੀ,
ਜੀ ਇਹ ਕਨਵੇਰਾ ਵੱਲੋਂ ਵੀ ਮੇਲ ਆਈ ਸੀਗੀ ਮਤਲਬ ਇਹ ਮੇਰੇ ਲਈ ਬਹੁਤ ਵੱਡੀ ਤੁਹਾਡੇ ਵੱਲੋਂ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਬਿਕੋਜ਼ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਕੌਣ ਆ ਕਿੱਥੋਂ ਬਟ ਤੁਸੀਂ ਫਿਰ ਵੀ ਐਜ਼ ਅ ਹਿਊਮਨ ਬੀਇੰਗ ਮੇਰੀ ਇੰਨੀ ਹੈਲਪ ਕੀਤੀ ਥੈਂਕ ਯੂ ਸੋ ਮੱਚ ਚਲੋ ਕੋਈ ਨਾ ਕੋਈ ਪੁਰਾਣੇ ਜਨਮ ਦੇ ਕੋਈ ਨਾ ਕੋਈ ਕਰਮ ਜਿਹੜੇ ਹੈ ਤੁਹਾਡੇ ਸਿਰੇ ਬਾਹਰ ਆ ਗਏ ਤੇ ਉਹ ਹੱਕ ਹਲਾਲ ਦੀ ਤੁਹਾਡੀ ਕਮਾਈ ਹੈ ਇਟ ਹੈਜ਼ ਵੈਂਟ ਬੈਕ ਟੂ ਯੂ ਪਰ ਮੈਂ ਤੇ ਮਤਲਬ ਮੈਂ ਸੋਚ ਰਿਹਾ ਕਿ ਵੀ ਕਿੰਨੇ ਹੋਣਗੇ ਸਟੂਡੈਂਟ ਜਿਸ ਤਰ੍ਹਾਂ ਆਈ ਗੈਟ ਈਮੇਲਸ ਲਾਈਕ ਦਿਸ ਐਵਰੀ ਡੇ ਕਿ ਵੀ ਮੇਰੇ ਵੀ ਪੈਸੇ ਫਸ ਗਏ ਮੇਰੇ ਵੀ ਪੈਸੇ ਫਸ ਗਏ ਹਾਂ ਮੈਂ ਸਾਰਿਆਂ ਨੂੰ ਇੱਕ 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 ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਆਲਰੇਡੀ ਇੰਡੀਆ ਬੈਠੇ ਹੈ ਜਿਹਨਾਂ ਦਾ ਸਟੱਡੀ ਵੀਜ਼ਾ ਰਿਜੈਕਟ ਹੋ ਗਿਆ ਜਾਂ ਕਿਸੇ ਵਜ੍ਹਾ ਨਾਲ ਅਗਰ ਵੀਜ਼ਾ ਲੱਗ ਵੀ ਗਿਆ ਫਿਰ ਵੀ ਅਗਰ ਉਹ ਨਹੀਂ ਆ ਰਹੇ ਉਹਨਾਂ ਦਾ ਰਿਫੰਡ ਹੋਣਾ ਆਸਾਨ ਹੈ ਬਜਾਏ ਕਿ ਤੁਸੀਂ ਹੁਣ ਵੀਜ਼ਾ ਲੈ ਕੇ ਕੈਨੇਡਾ ਪਹੁੰਚ ਗਏ ਕਈ ਵਾਰ ਕੈਨੇਡਾ ਪਹੁੰਚ ਕੇ ਲੋਕ ਇਹ ਸੋਚਦੇ ਕਿ ਵੀ ਇਸ ਕਾਲਜ ਵਿੱਚ ਨਹੀਂ ਪੜ੍ਹਨਾ ਦੂਸਰੇ ਕਾਲਜ ਜਾਣਾ ਉਹਨਾਂ ਦਾ ਰਿਫੰਡ ਹੋਣਾ ਥੋੜ੍ਹਾ ਮੁਸ਼ਕਿਲ ਹੈ ਕਿਉਂਕਿ ਉਹ ਆਲਰੇਡੀ ਉਸ ਵੀਜ਼ਾ ਨੂੰ ਓਬਟੇਨ ਕਰ ਚੁੱਕੇ ਹੈ ਹਾਂ ਜਿਹੜੇ ਲੋਕ ਇੰਡੀਆ ਬੈਠੇ ਉਹਨਾਂ ਲਈ ਈਜ਼ੀ ਹੈ ਜਸਟ ਲਾਈਕ ਯੂ ਯੈਸ ਸਰ ਬਟ ਮੈਨੂੰ ਨਹੀਂ ਲੱਗਦਾ ਸੀ ਮੇਰੇ ਲਈ ਈਜ਼ੀ ਆ ਬਟ ਇਹ ਤੁਸੀਂ ਈਜ਼ੀ ਕਰਵਾਇਆ ਵਾਹਿਗੁਰੂ ਤੁਹਾਡੇ ਚ ਬਸੇ ਤੁਸੀਂ ਮਤਲਬ ਮੈਂ ਤੇ ਹਥਿਆਰ ਹੀ ਛੱਡਤੇ ਸੀ ਮੈਂ ਇੰਨਾ ਕੁ ਡਿਪਰੈਸ਼ਨ ਚ ਸੀ ਕਿ ਮੇਰੀ ਪੇਮੈਂਟ ਤਾਂ ਡੁੱਬ ਗਈ ਇਵਨ ਮੈਂ ਪੂਰਾ ਹੋ ਗਿਆ ਸੀ ਉਹਨਾਂ ਵੀ ਹੋਊਗਾ ਕਿਵੇਂ ਹੋਊਗਾ ਬਟ ਥੈਂਕ ਯੂ ਸੋ ਮਚ ਸਰ ਮੈਂ ਹਾਰਡਲੀ ਬਲੈਸਿੰਗ ਸੀ ਮੇਰੇ ਮਤਲਬ ਦਿਲ ਚੋਂ ਨਿਕਲਦੀ ਕਿ ਤੁਸੀਂ ਕਿੰਨਾ ਕਾਇੰਡ ਹਾਰਟਡ ਹੋ ਤੇ ਕਿੰਨੇ ਹੈਲਪਫੁਲ ਮਤਲਬ ਮੇਰੇ ਕੋਲ ਤਾਂ ਵਰਡਸ ਹੀ ਨਹੀਂ ਹੈਗੇ ਸਰ ਜਿੰਨੀ ਤੁਸੀਂ ਮੇਰੇ ਕੀਤੀ ਆ ਇਵਨ ਸਭ ਤੋਂ ਵੱਡੀ ਗੱਲ ਇੰਟਰਨੈਸ਼ਨਲ ਤੁਸੀਂ ਬੈਠੇ ਹੋ ਤੁਹਾਡੇ ਇੰਟਰਨੈਸ਼ਨਲ ਬੰਦਿਆਂ ਕੋਲ ਤਾਂ ਟਾਈਮ ਨਹੀਂ ਹੁੰਦਾ ਗੱਲ ਕਰਨ ਦਾ ਤੇ ਤੁਸੀਂ ਸਾਡੀ ਹੈਲਪ ਕੀਤੀ ਆ ਵਿਦਆਊਟ ਐਨੀ ਕੋਸਟ ਵਿਦਆਊਟ ਐਨੀ ਕਿਸੇ ਵੀ ਕੋਈ ਕੋਈ ਤੁਹਾਡੇ ਮਨ ਚ ਲਾਲਚ ਨਹੀਂ ਕੋਈ ਤੁਸੀਂ ਮੇਰੇ ਤੋਂ ਕੋਈ ਗੱਲ ਨਹੀਂ ਰੱਖੀ ਬਸ ਤੁਸੀਂ ਮੈਨੂੰ ਐਸ ਆ ਹਿਊਮਨ ਬੀਇੰਗ ਹੈਲਪ ਕੀਤੀ ਇਹ ਅੱਜ ਦੇ ਜ਼ਮਾਨੇ ਚ ਹੋ ਹੀ ਨਹੀਂ ਸਕਦਾ ਇਹ ਰੱਬ ਦੀ ਰੂਹ ਹੀ ਹੁੰਦੀ ਹੈ ਜਿਹੜੀ ਏਦਾਂ ਕਰਦੀ ਹੈ ਵਰਨਾ ਅੱਜ ਕੱਲ੍ਹ ਤਾਂ ਸਾਰੇ ਲਾਲਚ ਨੂੰ ਹੀ ਹੁੰਦੇ ਆ ਮਤਲਬ ਮੈਂ ਤਾਂ ਧਾਨੀ ਹੋ ਗਈ ਕਿ ਤੁਸੀਂ ਮੈਨੂੰ ਮਿਲੇ ਹਨਾ ਪਰ ਐਡੀ ਪਾਕ ਪਵਿੱਤਰ ਰੂਹ ਦੇ ਉਹ ਗੱਲ ਕਰਕੇ ਮੈਨੂੰ ਤੁਸੀਂ ਪਾਰ ਕੀਤਾ ਥੈਂਕ ਯੂ ਸੋ ਮੱਚ ਮੈਡਮ ਪਤਾ ਚੱਕਰ ਕੀ ਹੈ ਥੋੜ੍ਹਾ ਜਿਹਾ ਰਾਜ਼ ਮੈਂ ਤੁਹਾਨੂੰ ਇਹਦੇ ਬਾਰੇ ਸ਼ਾਇਦ ਤੁਹਾਨੂੰ ਰੂਬਰੂ ਕਰਾ ਦਿਆਂ ਕਿ ਉਸ ਟਾਈਮ ਜਦ ਤੁਸੀਂ ਕਾਲ ਕੀਤਾ ਸੀ ਉਸ ਟਾਈਮ ਵੀ ਇਹੀ ਟਾਈਮ ਸੀ ਸ਼ਾਇਦ ਇਹੀ ਟਾਈਮ ਸੀ ਰਾਤ ਦਾ ਟਾਈਮ ਸੀ ਉਸ ਦਾ ਪਤਾ ਨਹੀਂ ਦਿਮਾਗ 'ਚ ਮੇਰਾ ਕੀ ਆਈਡੀਆ ਆਇਆ ਕੁਛ ਆਇਆ ਕੋਈ 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 ਅਲਾਰਮ ਹੀ ਹੋ ਗਿਆ ਕਿ ਵੀ ਆਹ ਕਰਨਾ ਇਸ ਤਰ੍ਹਾਂ ਕਰਨਾ ਹੈ ਅਤੇ ਤੁਹਾਨੂੰ ਮੈਂ ਕਿਹਾ ਕਿ ਵੀ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਅਤੇ ਉਹਦੇ ਬਾਅਦ ਫਿਰ ਦੋ ਤਿੰਨ ਬਾਅਦ ਆਪਣੇ ਆਪ ਹੀ ਉਹ ਕਰਿਸ਼ਮਾ ਜਿਹਾ ਹੋ ਗਿਆ ਕੋਈ ਮਤਲਬ ਅਫਕੋਰਸ ਆਈ ਕੈਨ ਓਨੈਸਟਲੀ ਟੈਲ ਯੂ ਕਿ ਮੈਂ ਕਦੇ ਸੋਚ ਆਪਾਂ ਕਈ ਕਈ ਵਾਰ ਸੋਚਦੇ ਹਾਂ ਕਿ ਇਹ ਕੰਮ ਕਰ ਲਈਏ ਤਾਂ ਫਾਇਦਾ ਹੋ ਜਾਏਗਾ ਉਹ ਨਹੀਂ ਇਹਦੇ ਬਾਰੇ ਨਹੀਂ ਸੋਚਿਆ ਮੈਂ ਕਿਹਾ ਵੀ ਉਹਦੇ ਸਹਿਨ ਤੁਹਾਡੇ ਚੱਲ ਤੁਹਾਡੇ ਸਾਹਮਣੇ ਸੋ ਮੈਂ ਤੇ ਮਤਲਬ ਕਿ ਤੁਹਾਡੀ ਕੋਆਪਰੇਸ਼ਨ ਹੈ ਤੁਸੀਂ ਫੋਲੋ ਕੀਤਾ ਉਸ ਚੀਜ਼ ਨੂੰ ਅਤੇ ਸ਼ੁਕਰਾਨਾ ਕਰਦਾ ਕਿ ਵੀ ਹਾਂ ਵੀ ਉਹਦਾ ਵੀ ਇੱਕ ਉਹਦਾ ਵੀ ਮਨਸਾ ਸੀ ਕਿ ਵੀ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਤੇ ਪੈਸੇ ਤੁਹਾਡੇ ਸਾਹਮਣੇ ਆ ਗਏ ਉਹ ਸਰ ਖੁਦ ਨਹੀਂ ਆ ਸਕਦੇ ਉਹ ਕਿਸੇ 'ਚ ਵਸਦੇ ਤੇ ਉਹਨਾਂ ਨੇ ਤੁਹਾਨੂੰ ਚੂਜ਼ ਕੀਤਾ ਸਾਡੀ ਹੈਲਪ ਲਈ ਓ ਮਾਈ ਗਾਡ ਨੋ 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 ਦੈਟਸ ਨਾਟ ਟਰੂ ਦੈਟਸ ਨਾਟ ਟਰੂ ਮੈਨੂੰ ਤਾਂ ਪਤਾ ਹੈ ਕਿ ਮੇਰੇ ਅੰਦਰ ਤੇ ਕੁਝ ਖਾਸ ਇਸ ਤਰ੍ਹਾਂ ਨਹੀਂ ਹੈ ਪਰ ਉਹ ਇੱਕ ਇੱਕ ਮੌਕੇ ਦਾ ਇੱਕ ਹੁੰਦਾ ਹੈ ਮੌਕੇ 'ਚ ਨਾ ਕੁਛ ਚੀਜ਼ ਕਈ ਵਾਰ ਜਿਹਨੂੰ ਕਹਿੰਦੇ ਕੋਈ ਸਰਸਵਤੀ ਜੀ ਬੈਠਦੀ ਹੈ ਉਹ ਇੱਕ ਵਾਰ ਕੁਛ ਚੀਜ਼ ਜਿਹੜੇ ਮੂੰਹ ਤੋਂ ਨਿਕਲ ਗਿਆ ਨਾ ਕਿ ਇਹ ਕਰਨਾ ਹੈ ਉਹ ਕਈ ਵਾਰ ਪਤਾ ਨਹੀਂ ਇਟ ਇਜ਼ ਅ ਮਿਰੇਕਲ ਨਥਿੰਗ ਸ਼ੋਰਟ ਆਫ ਅ ਮਿਰੇਕਲ ਕਈ ਵਾਰ ਉਹ ਤੀਰ ਨਿਸ਼ਾਨੇ ਤੇ ਲੱਗ ਜਾਂਦਾ ਪਰ ਇਸ ਤਰ੍ਹਾਂ ਯੂ ਨੋ ਦੈਟਸ ਵਾਟ ਇਟ ਇਜ਼ ਬਟ ਐਨੀਵੇ ਅਗਲਾ ਹੁਣ ਕੀ ਪ੍ਰੋਗਰਾਮ ਹੈ ਹੁਣ ਕੀ ਫਿਊਚਰ ਦੇ ਵਿੱਚ ਕੀ ਪ੍ਰੋਗਰਾਮ ਹੈ ਹੁਣ ਤੇ ਮੇਰੇ ਖਿਆਲ ਸਟੱਡੀ ਵੀ ਜਦਕਿ ਆਪਣਾ ਪੜ੍ਹਾਈ ਕਰੋ ਆਪਣਾ ਉੱਥੇ ਹੀ ਇੰਡੀਆ ਆਪਣੀ ਐਜੂਕੇਸ਼ਨ ਕਰੋ ਇਸਟੈਬਲਿਸ਼ ਯੈਸ ਸਰ ਯੈਸ ਸਰ ਇਸ ਟਾਈਮ ਆਪਣਾ ਇਸਟੈਬਲਿਸ਼ ਹੋ ਜਾਓ ਫਿਰ ਕੈਨੇਡਾ ਘੁੰਮਣਾ ਦਾ ਬਾਕੀ ਮੈਂ ਆਉਣਾ ਹੈ ਮੈਂ ਐਕਚੁਅਲੀ ਪੰਜਾਬ ਆਈ ਐਮ ਲੁਕਿੰਗ ਆਈ ਵਿਲ ਬੀ ਦੇਅਰ ਔਨ ਬਾਏ ਕਰੀਬ ਕਰੀਬ ਇਨ ਦਾ ਮੰਥ ਆਫ ਜਨਵਰੀ ਸੋ ਅਗਰ ਜੀ ਪਲੀਜ਼ ਸਰ ਇੱਕ ਵਾਰੀ ਸਾਨੂੰ ਜ਼ਰੂਰ ਆਪਦੇ ਦਰਸ਼ਨਾਂ ਦਾ ਮੌਕਾ ਦਿਓ ਪਲੀਜ਼ ਸਰ ਚਲੋ ਸੀਰੀਅਸਲੀ ਅਸੀਂ ਤੁਹਾਨੂੰ ਮਿਲਣਾ ਚਾਹਾਂਗੇ I'll keep you in mind ਤੇ ਜ਼ਰੂਰ ਆਪਣਾ ਫੋਨ ਨੰਬਰ ਤੁਹਾਡਾ ਹੈ ਮੇਰੇ ਖਿਆਲ ਜਿਹੜਾ 9882 ਵਾਲਾ ਤੁਹਾਡਾ ਲਿਖਿਆ ਸੀ ਸੋ ਹੋਪਫੁਲੀ ਵੀ ਮੀਟ ਡੈਫੀਨੇਟਲੀ ਸਰ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਵੈਰੀ ਮੱਚ ਥੈਂਕ ਯੂ ਤੇ ਉਹਨਾਂ ਦੇ ਏਜੰਟਾਂ ਦਾ ਫੋਨ ਨਹੀਂ ਆ ਰਿਹਾ ਕਿ ਵੀ ਉਹ ਵੀ ਕੋਈ ਹੈਰਾਨ ਰਹਿ ਗਏ ਕਿ ਪੈਸੇ ਕਿਵੇਂ ਮਿਲ ਗਏ ਸਰ ਉਹ ਫੋਨ ਹੀ ਨਹੀਂ ਕਰਦੇ ਉਹਨਾਂ ਨੂੰ ਮੈਂ ਅੱਜ ਕਰਨਾ ਉਹਨਾਂ ਨੂੰ ਮੈਂ ਕਾਲ ਨਹੀਂ ਕੀਤੀ ਹਲੇ ਸਰ ਉਹਨਾਂ ਨੇ ਤਾਂ ਮੈਨੂੰ ਇੰਨਾ ਹਰਾਸ ਕੀਤਾ ਨਾ ਮਤਲਬ ਮੇਰੇ ਕੋਲੇ ਵਰਡਸ ਹੀ ਨਹੀਂ ਹੈਗੇ
ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਲੇਡੀਜ਼ ਰੱਖੀਆਂ ਹੋਈਆਂ ਨਾ ਅੱਗੇ, ਜਿਹੜੀਆਂ ਉਹਨਾਂ ਨੇ ਬੰਦੀਆਂ ਰੱਖੀਆਂ, ਉਹਨਾਂ 'ਚ ਇੰਨਾ ਦਾ ਕਾਉਂਸਲ ਉਹ ਗੱਲ ਨਹੀਂ ਕਰਦੀਆਂ. ਉਹ ਸਾਨੂੰ ਉਹਨਾਂ ਦੀ ਜਿਹੜੀ ਮੇਰੀ ਫਸਟ ਮੀਟਿੰਗ ਸੀ, ਉਹਨਾਂ ਨੇ ਮੇਰੀ ਫੀਸ ਜਦੋਂ ਮੈਂ ਫੀਸ ਫਿਲ ਕਰਨੀ ਸੀ ਉਦੋਂ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਨੂੰ ਚੈੱਕ ਚਾਹੀਦਾ ਹੋਣਾ. ਹੈ ਨਾ, ਮੈਂ ਨਵਾਂ ਨਿਊ ਸੀ, ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਫੋਰਮ ਦੀ ਫਾਈਲ ਕਿਵੇਂ ਲਾਉਣੀ ਹੈ ਜਾਂ ਕਿਵੇਂ ਕਰਨਾ. ਤਾਂ ਉਹਨਾਂ ਦੀ ਜਿਹੜੀ ਕਾਉਂਸਲਰ ਸੀ ਉਹ ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਮੈਨੂੰ ਨਹੀਂ ਪਤਾ ਸੀ ਤੁਹਾਡਾ ਲੈਵਲ ਇੰਨਾ ਗਿਰਿਆ ਹੋਇਆ, ਮੈਨੂੰ ਨਹੀਂ ਪਤਾ ਸੀ ਤੁਹਾਡਾ, ਤੁਹਾਡੇ ਕੋਲ ਇੰਨੀ ਵੀ ਨੌਲੇਜ ਨਹੀਂ ਹੈਗੀ. ਕਹਿੰਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਤੁਹਾਡੇ ਵਰਗੇ ਬੰਦਿਆਂ ਨਾਲ ਕਿਵੇਂ ਡੀਲ ਕਰਾਂ. ਉਹ ਬੰਦੀ ਹਮੇਸ਼ਾ ਮੇਰੇ ਨਾਲ ਮਿਸਕਮਿਊਨੀਕੇਸ਼ਨ ਕਰਦੀ, ਹਮੇਸ਼ਾ ਗੰਦੀ ਤਰੀਕੇ ਨਾਲ ਗੱਲ ਕਰਦੀ ਸੀ. ਚਲੋ ਮੈਂ ਉਹ ਵੀ ਟੋਲਰੇਟ ਕੀਤਾ ਕਿਉਂਕਿ ਮੈਂ ਸੋਚਦੀ ਸੀ ਸ਼ਾਇਦ ਮੇਰੀ ਫਾਈਲ ਉਸਦੇ ਅੰਦਰ ਚ, ਤਾਂ ਮੈਨੂੰ ਚੁੱਪ ਰਹਿਣਾ ਚਾਹੀਦਾ. ਫਿਰ ਉਹ ਬੰਦੀ ਮੈਨੂੰ ਕਹਿੰਦੀ ਕਿਆ ਆਪਕੋ ਮੇਲ ਨਹੀਂ ਕਰਨਾ ਹੋਤਾ, ਆਪਕੋ ਇਤਨੀ ਸੀ ਬਾਤ ਨਹੀਂ ਸਮਝ ਆਤੀ ਕਿ ਆਪ ਮੁਝੇ ਮੇਲ ਕਰਦੇ. ਮੈਂ ਕਿਹਾ ਮੁਝੇ ਸਭ ਸਮਝ ਆਤਾ ਹੈ, ਅਗਰ ਮੈਂ ਆਪਕੇ ਪਾਸ ਆ ਰਹੀ ਹੂੰ ਨਾ, ਅਗਰ ਮੈਂ ਇਤਨਾ ਇਨਵੈਸਟ ਕਰ ਰਹੀ ਹੂੰ ਤੋ ਮੁਝੇ ਸਭ ਆਤਾ ਹੈ. ਚਲੋ ਲੀਵ ਇਟ ਕਰੋ. ਤੁਸੀਂ ਇਹ ਦੇਖ ਲਓ ਸਰ, ਮੇਰੀ ਰਿਜੈਕਸ਼ਨ ਆਈ ਸੀਗੀ ਜੁਲਾਈ ਦੇ ਵਿੱਚ, ਜੂਨ ਜੂਨ ਦੇ ਉਹਨਾਂ ਦੇ ਇਮੀਗ੍ਰੇਸ਼ਨ ਵੱਲੋਂ ਇੱਕ ਸਿੰਪੈਥੀ ਕਾਲ ਜਾਂ ਉਹਨਾਂ ਦੇ ਨੈਕਸਟ ਸਟੈਪ ਜਾਣਨ ਲਈ ਕਾਲ ਨਹੀਂ ਆਈ. ਠੀਕ ਹੈ, ਮੈਂ ਉਹਨਾਂ ਨੂੰ ਅਗਸਤ ਦੇ ਐਂਡ 'ਚ ਮੈਂ ਕਾਲਸ ਕਰ ਰਹੀ ਹਾਂ, ਅਗੇਨ ਐਂਡ ਅਗੇਨ ਕਾਲ ਕਰ ਰਹੀ ਹਾਂ. ਤਾਂ ਦੈਨ ਉਹਨਾਂ ਦਾ ਕੋਈ ਕਿਸੇ ਮੈਨੇਜਰ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਆ ਸਾਡੀ ਤਾਂ ਕਾਉਂਸਲਰ ਹੀ ਭੱਜ ਗਈ, ਸਾਡਾ ਤਾਂ ਸਾਰਾ ਡਾਟਾ ਹੀ ਡਿਲੀਟ ਕਰ ਗਈ. ਇਟ ਇਜ਼ ਪੋਸੀਬਲ ਸਰ? ਉਹ ਮੈਨੂੰ ਮੂਰਖ ਬਣਾ ਰਿਹਾ. ਮੈਂ ਕਿਹਾ ਅਗਰ ਤੁਹਾਡੀ ਕਾਉਂਸਲਰ ਭੱਜ ਗਈ ਮੇਰਾ ਫਾਲਟ ਨਹੀਂ ਆ, ਬਟ ਅਗਰ ਤੁਸੀਂ ਸੈਪਟੰਬਰ ਤੋਂ ਪਹਿਲਾਂ ਮੇਰੀ ਡੈਫਰਮੈਂਟ ਨਹੀਂ ਪਾਈ ਜਾਂ ਮੇਰੀ ਤੁਸੀਂ ਕੁਛ ਨਹੀਂ ਕੀਤਾ ਤਾਂ ਮੇਰੀ ਫੀਸ ਡੁੱਬ ਜਾਣੀ ਆ, ਮੇਰਾ ਉੱਥੇ ਕੁਛ ਕਰੋ. ਉਹ ਬੰਦੇ ਨੇ ਬਿਨਾਂ ਮੈਨੂੰ ਇਨਫੋਰਮ ਕੀਤੇ ਮੇਰੀ ਡੈਫਰਮੈਂਟ ਚੱਕ ਕੇ ਪਾ ਦੀ, ਉਹ ਵੀ ਕਿਸੇ ਕੈਂਪਸ ਦੀ, ਹੋਰ ਕੈਂਪਸ ਦੀ, ਹੋਰ ਕੋਰਸ ਦੀ. ਮਤਲਬ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਨਹੀਂ, ਦੱਸਿਆ ਵੀ ਨਹੀਂ, ਡਾਇਰੈਕਟ ਮੇਲ ਆਇਆ ਰੀਫਾਈਲਿੰਗ ਕਰ ਦੋ, ਪਰ ਮੈਨੂੰ ਇਸ ਸ਼ਿਕੰਜੇ ਚੋਂ ਤਾਂ ਕੱਢੋ, ਮੈਂ ਬਹੁਤ ਹਰਾਸ ਹੋ ਰਹੀ ਹਾਂ. ਉਹ ਕਹਿੰਦੇ ਸਾਡੀਆਂ ਮੈਡਮਾਂ ਛੁੱਟੀਆਂ ਤੇ ਚੱਲ ਰਹੀਆਂ, ਹਜੇ ਨਹੀਂ ਅਸੀਂ 15 ਦਿਨ ਠਹਿਰ ਕੇ ਤੁਹਾਡੀ ਫਾਈਲ ਰੀਫਾਈਲ ਕਰਾਂਗੇ ਜਾਂ ਅਸੀਂ ਤੁਹਾਡਾ ਰਿਫੰਡ ਅਪਲਾਈ ਕਰਾਂਗੇ. ਕਹਿੰਦੇ ਫਿਰ ਕਹਿੰਦੇ ਤੁਸੀਂ ਸਾਨੂੰ ਰਿਟਰਨ ਚ ਦੋ ਕਿ ਤੁਹਾਡਾ 3500 ਤੱਕ ਦਾ ਡਿਡਕਸ਼ਨ ਉਹਦੀ ਐਗਰੀਮੈਂਟ ਨਹੀਂ, ਲੀਗਲ ਮੇਲ ਬਣਾ, ਸਾਨੂੰ ਸਟਾਮ ਬਣਾ ਕੇ ਦੋ ਇੱਕ. ਦੇਖੋ ਮਤਲਬ ਇੱਥੋਂ ਤੱਕ ਉਹ ਹਰਾਸ ਕਰਦੇ. ਮੈਂ ਉਹਨਾਂ ਦੇ ਓਨਰ ਨਾਲ ਵੀ ਫੋਨ ਤੇ ਗੱਲ ਕੀਤੀ, ਓਨਰ ਕਹਿੰਦਾ, ਮੈਂ ਕਿਹਾ ਸਰ ਮੈਂ ਬਹੁਤ ਹਰਾਸ ਹੋ ਰਹੀ ਹਾਂ. ਕਹਿੰਦਾ ਤੁਸੀਂ ਦੱਸੋ ਮੈਂ ਕੀ ਕਰ ਸਕਦਾ. ਮੈਂ ਕਿਹਾ ਸਰ ਤੁਸੀਂ ਓਨਰ ਹੋ, ਤੁਸੀਂ ਦੇਖਣਾ ਤੁਸੀਂ ਕੀ ਕਰਨਾ. ਈਵਨ ਮੇਰੀ ਓਨਰ ਨਾਲ ਇਹ ਗੱਲ ਹੋਈ ਆ, ਮਤਲਬ ਜਿਹੜਾ ਓਨਰ ਮੇਰੇ ਤੋਂ ਪੁੱਛ ਰਿਹਾ ਕਿ ਮੈਂ ਕੀ ਕਰਾਂ ਮੇਰੇ ਸਟਾਫ ਲਈ, ਤਾਂ ਮੈਨੂੰ ਤਾਂ ਬਹੁਤ ਸ਼ਰਮ ਦੀ ਗੱਲ ਹੈ, ਮੈਂ ਉਸ ਬੰਦੇ ਨਾਲ ਫਸੀ ਕਿਉਂ? ਉਹਨਾਂ ਦੀ ਇੱਕ ਇੱਕ ਕੁਲੀਗ ਹੁਣ ਵੀ ਸਰ GIC ਮੇਰੀ, ਮੈਂ ਉਹਨਾਂ ਨੂੰ ਕਿਹਾ ਸੀ ਮੇਰੀ GIC ਅਪਲਾਈ ਕਰ ਦਿਓ, ਕਿਉਂਕਿ ਉਹਨਾਂ ਨੇ ਮੈਨੂੰ GIC ਦਾ ID ਪਾਸਵਰਡ ਨਹੀਂ ਦਿੱਤਾ. ਮੈਂ ਇੰਨੀਆਂ ਕਾਲਸ ਕਰ ਰਹੀ ਹਾਂ, ਉਹਨਾਂ ਨੇ ਮੈਨੂੰ ID ਪਾਸਵਰਡ ਹੀ ਨਹੀਂ ਦਿੱਤਾ. ਮੈਂ ਉਹਨਾਂ ਨੂੰ ਇਹ ਕਹਿ ਰਹੀ ਸੀ ਕਿ ਮੈਂ 20 ਅਕਤੂਬਰ ਤੱਕ ਦੀ ਲੱਗੀ ਹੋਈ ਹਾਂ ਕਿ ਪਲੀਜ਼ ਮੇਰੀ GIC ਅਪਲਾਈ ਕਰ ਦਿਓ GIC. ਉਹਨਾਂ ਨੇ ਮੇਰੀ 3 ਨਵੰਬਰ ਨੂੰ GIC ਅਪਲਾਈ ਕੀਤੀ, ਉਹ ਵੀ ਤਾਂ ਕਿਉਂਕਿ 2 ਨਵੰਬਰ ਨੂੰ ਮੈਂ ਉਹਨਾਂ ਨਾਲ ਹਰ ਹੱਦ ਪਾਰ ਕਰਕੇ ਲੜੀ ਹਾਂ, ਹਰ ਹੱਦ ਪਾਰ ਕਰਕੇ. ਈਵਨ ਮੈਂ ਉਹਨਾਂ ਨੂੰ ਇਹ ਕਹਿਤਾ ਸੀ ਕਿ ਮੇਰਾ ਜੀ ਕਰਦਾ ਮੈਂ ਸੁਸਾਈਡ ਕਰ ਲਾਂ, ਤੇ ਸੁਸਾਈਡ ਨੋਟ ਦੇ ਵਿੱਚ ਮੈਂ ਤੁਹਾਡੇ ਮਰ ਵਾਲਿਆਂ ਦਾ. ਫਿਰ ਜਾ ਕੇ ਉਹਨਾਂ ਨੇ ਮੇਰੀ GIC ਅਪਲਾਈ ਕੀਤੀ. ਈਵਨ ਮੇਰੇ ਕੋਲ ਪ੍ਰੋਪਰ ਮੇਲਸ ਪਈਆਂ ਉਹਨਾਂ ਦੀਆਂ, ਪ੍ਰੋਪਰ ਮੇਰੇ ਕੋਲ ਸਾਰਾ ਡਾਟਾ ਪਿਆ. ਅਗਰ ਤੁਸੀਂ ਕੋਈ ਵੀ ਬੰਦਾ ਚਾਹੁੰਦਾ ਕਿ ਮੈਂ ਸ਼ੇਅਰ ਕਰਾਂ, ਮੈਂ ਸ਼ੇਅਰ ਕਰ ਸਕਦੀ ਹਾਂ, ਕਿਉਂਕਿ ਲੈਂਡਮਾਰਕ ਵਾਲੇ ਨੇ ਮੈਨੂੰ ਬਹੁਤ ਅੱਤ ਦਾ ਦੁਖੀ ਕੀਤਾ. ਹਜੇ ਵੀ ਮੇਰੀ GIC ਨਹੀਂ ਆਈ. ਅਪਲਾਈ ਕਰਨ ਤੋਂ ਬਾਅਦ ID ਪਾਸਵਰਡ ਸ਼ੇਅਰ ਕੀਤਾ ਕਿ ਅਸੀਂ ਕਿਸੇ ਹੋਰ ਤੋਂ ID ਉਹ ਨਾ ਕਰਵਾ ਲਈਏ. ਮਤਲਬ ਉਹਨਾਂ ਲਈ ਮੁਰਗੇ ਫਸਾਉਣਾ ਹੈ, ਬਸ ਮੁਰਗੇ ਫਸ ਗਏ, ਅਸੀਂ ਆਪਦੀ ਫੀਸ ਲੈ ਲਈ, ਦੈਟਸ ਇਟ. ਉਹ ਫੀਸ ਪਹਿਲਾਂ ਲੈ ਲੈਂਦੇ ਆ, ਉਹਨਾਂ ਨੇ ਮੇਰੇ ਤੋਂ ਫੀਸ ਲੈ ਲਈ, ਉਹਨਾਂ ਦਾ ਕੰਮ ਖਤਮ. ਤੁਹਾਡਾ ਵੀਜ਼ਾ ਆਉਂਦਾ, ਤੁਹਾਡੀ ਰਿਜੈਕਸ਼ਨ ਆਉਂਦੀ ਹੈ, ਤੁਹਾਡੀ ਹੈਡੇਕ ਹੈ, ਉਹਨਾਂ ਦੀ ਕੋਈ ਹੈਡੇਕ ਨਹੀਂ ਹੈਗੀ. ਤੁਸੀਂ ਚਾਹੁੰਦੇ ਹੋ ਕਿ ਵੀ ਲੋਕਾਂ ਨੇ ਤੁਹਾਨੂੰ, ਅਗਰ ਜੇ ਕੋਈ ਪਰੇਸ਼ਾਨੀ ਹੈ ਤੁਹਾਨੂੰ ਕੰਟੈਕਟ ਕਰ ਸਕਦੇ ਹੈ? ਤੁਹਾਡਾ ਈਮੇਲ ਔਰ ਐਡਰੈਸ ਤੁਸੀਂ ਮੈਂ ਥੱਲੇ ਲਿਖ ਦਿਆਂਗਾ, ਜਸਟ ਇਨ ਕੇਸ ਅਗਰ ਕਿਸੇ ਨੇ ਹੋਰ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਹੈ ਤੇ ਤੁਹਾਡੇ ਤੋਂ ਰਾਏ ਲੈ ਸਕਦਾ ਹੈ. ਅਗਰ ਜੇ ਡੈਫੀਨੇਟਲੀ ਸਰ, ਅਗਰ ਡੈਫੀਨੇਟਲੀ ਅਗਰ ਮੈਂ ਕਿਸੇ ਦੇ ਕੰਮ ਆ ਸਕਦੀ ਨਾ, ਤਾਂ ਮੈਂ ਤੋਂ ਵੱਡਾ ਆਪਦਾ ਵਡਭਾਗ ਨਹੀਂ ਸਮਝਾਂਗੀ. ਪਰ ਮੈਂ ਕਹਿੰਦੀ ਕੋਈ ਵੀ ਫਸਣ ਤੋਂ ਪਹਿਲਾਂ ਪਲੀਜ਼, ਇਹ ਮੇਰਾ ਸੱਚਾ ਐਕਸਪੀਰੀਅੰਸ ਹੈ, ਪਲੀਜ਼ ਲੈਂਡਮਾਰਕ ਵਾਲਿਆਂ ਦੀ ਕੋਈ ਵੀ ਗੱਲ ਆ ਕੇ ਮੇਰੇ ਤੋਂ ਸੁਣ ਸਕਦੇ, ਮੇਰੇ ਤੋਂ ਚੈਟ ਉਹਦੇ ਨਾਲ
ਉਹਦਾ ਤਾਂ ਬ੍ਰਦਰ ਸੀ ਉੱਥੇ, ਉਹਨੇ ਤਾਂ ਨਹੀਂ ਕਰਵਾਈ, ਮੇਰਾ ਤਾਂ ਕੋਈ ਕੈਨੇਡਾ 'ਚ ਹੈ ਵੀ ਨਹੀਂ ਸੀ ਜਿਹੜਾ ਮੇਰਾ ਫੀਸ ਰਿਫੰਡ ਕਰਾ ਦਿੰਦਾ, ਤੇ ਵਾਹਿਗੁਰੂ ਨੇ ਤੁਹਾਡੇ 'ਚ ਉਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਮੈਨੂੰ ਅੱਜ ਮੇਰੀ ਫੀਸ ਮਿਲ ਗਈ। ਅਦਰਵਾਈਜ਼ ਮੈਂ ਤਾਂ ਹਥਿਆਰ ਹੀ ਛੱਡਦੇ ਸੀ ਵੀ ਇਹ ਸੋਚ ਲਓ ਆਪਣੀ ਜ਼ਿੰਦਗੀ ਦੀ ਕਮਾਈ ਡੁੱਬ ਗਈ। ਓ ਮਾਈ ਗੋਡ। ਚਲੋ ਮੈਂ ਕਿਸੇ ਵੀ ਪੰਜਾਬ ਦੇ ਏਜੰਟ ਦੇ ਬਾਰੇ ਜਾਂ ਕਿਸੇ ਈਵਨ ਕੈਨੇਡਾ ਦੇ ਏਜੰਟ ਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਹਿਣਾ ਚਾਹੁੰਦਾ, ਲੇਕਿਨ ਚਲੋ ਤੁਹਾਡਾ ਕੰਮ ਹੋ ਗਿਆ, ਤੁਹਾਨੂੰ ਪੈਸੇ ਵਾਪਸ ਮਿਲ ਗਏ, ਮੈਨੂੰ ਖੁਸ਼ੀ ਬਹੁਤ ਹੈ। ਤੇ ਤੁਸੀਂ ਵੀ ਆਪਣਾ ਫਿਊਚਰ ਆਪਣਾ ਸਾਂਭੋ, ਜਰ ਕਰੋ, ਪੜ੍ਹਾਈ ਲਿਖਾਈ ਕਰੋ, ਆਪਣੇ ਆਪ ਨੂੰ ਇਸਟੈਬਲਿਸ਼ ਕਰੋ, ਤੇ ਇਹ ਬਹੁਤ ਵੱਡੀ ਅਚੀਵਮੈਂਟ ਹੈ। ਇਟਸ ਅ ਗੁੱਡ ਲੱਕ ਫੋਰ ਯੂ ਐਂਡ ਯੂ ਨੋ ਗੁੱਡ ਗੁੱਡ ਆਊਟਕਮ ਫੋਰ ਐਵਰੀਬਡੀ। ਸੋ ਥੈਂਕ ਯੂ ਵੈਰੀ ਮੱਚ, I wish the best for you. Thank you, sir.